ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਹਰ ਵਾਰ ਦੀ ਤਰ੍ਹਾਂ ਲੈ ਕੇ ਆਏ ਆਂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤੇ ਗਏ ਲੇਟੈਸਟ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਨਰਸਿੰਗ ਸਟੂਡੈਂਟ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਰਹਿਣ ਵਾਲੀ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸਟੂਡੈਂਟ ਅਤੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਇੰਪੋਰਟੈਂਟ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਤੁਹਾਨੂੰ ਸਿੱਧਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਆਫੀਸ਼ੀਅਲ ਵੈੱਬਸਾਈਟ ਦੇ ਉੱਤੇ ਅਤੇ ਦਿਨੇ ਆ ਕੰਪਲੀਟ ਜਾਣਕਾਰੀ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਦੀ ਆਫੀਸ਼ੀਅਲ ਵੈੱਬਸਾਈਟ ਤੇ ਹਾਂ ਅਤੇ ਜਿੱਦਾਂ ਹੀ ਤਾਂ ਨੰਬਰ 1 ਦੇ ਉੱਤੇ ਆਪਾਂ ਨੋਟੀਫਿਕੇਸ਼ਨ ਦੇਖਾਂਗੇ ਕਿ ਕਲਿਕ ਹੇਅਰ ਟੂ ਅਪਲਾਈ ਆਨਲਾਈਨ ਫਾਰ ਪੀ ਪੀ ਐਮਈਟੀ 2022 ਬੀਐਸਸੀ ਨਰਸਿੰਗ ਸੋ ਜਿਹੜੇ ਵੀ ਬੱਚੇ BSc ਨਰਸਿੰਗ ਦਾ ਇੰਟਰੈਂਸ ਐਗਜ਼ਾਮ ਦੇਣਾ ਚਾਹੁੰਦੇ ਆ ਸੋ ਉਹ ਇਸ ਲਿੰਕ ਤੇ ਕਲਿੱਕ ਕਰ ਲੈਣ ਅੱਗੇ ਦੀ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਨੈਕਸਟ ਪੇਜ ਓਪਨ ਹੋ ਜਾਊਗਾ ਕਿ ਪੰਜਾਬ ਦੇ ਸਾਰੇ ਸਰਕਾਰੀ ਯੂਨੀਵਰਸਿਟੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ BSc ਨਰਸਿੰਗ ਕੋਰਸ ਦੇ ਦਾਖਲੇ ਲਈ ਪ੍ਰੋਸਪੈਕਟ ਮਿਤੀ 21 6 2022 ਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਵੇਗਾ ਆਨਲਾਈਨ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਆ ਜਿਹੜੀ ਉਹ 30 6 2022 ਰੱਖੀ ਗਈ ਆ ਅਤੇ ਜਿਹੜਾ ਇੰਟਰੈਂਸ ਐਗਜ਼ਾਮ ਹੋਣਾ ਵਾ ਓਹੋ 10 ਜੁਲਾਈ ਯਾਨੀ ਕਿ 10 7 2022 ਨੂੰ ਹੋਵੇਗਾ ਸੋ ਰਜਿਸਟ੍ਰੇਸ਼ਨ ਕਿੱਦਾਂ ਕਰਨੀ ਹੋਵੇਗੀ ਇਹਦੇ ਲਈ ਤੁਸੀਂ ਆ ਦੇਖੋ ਗ੍ਰੀਨ ਜਿਹੜਾ ਖਾਨਾ ਵਾ ਕਾਲ ਮਾਰ ਰਜਿਸਟ੍ਰੇਸ਼ਨ ਵਾਲਾ ਇਹਦੇ ਉੱਤੇ ਕਲਿੱਕ ਕਰਨਾ ਹੋਵੇਗਾ ਸੋ ਇਹਦੇ ਤੇ ਜਿੱਦਾਂ ਕਲਿੱਕ ਕਰੋਗੇ ਤੁਸੀਂ ਤਾਂ ਨੈਕਸਟ ਪੇਜ ਓਪਨ ਹੋ ਜਾਊਗਾ ਸਾਰੀ ਜਿਹੜੀ ਪ੍ਰੋਸੈਸ ਆ ਸਟੈਪ ਵਾਈਜ਼ ਦੱਸਿਆ ਸਟੈਪ ਨੰਬਰ ਤੇ ਇੱਕ ਫਿਲ ਰਜਿਸਟ੍ਰੇਸ਼ਨ ਫਾਰਮ ਹੋਵੇਗਾ ਸਟੈਪ 2 ਤੇ ਅਪਲੋਡ ਫੋਟੋ ਸਿਗਨੇਚਰ ਥੰਮਸ ਇਮਪ੍ਰੈਸ਼ਨ ਠੀਕ ਹੈ ਜੀ ਸੋ ਨੰਬਰ 3 ਤੇ ਐਪਲੀਕੇਸ਼ਨ ਨੂੰ ਲੌਕ ਕਰਨਾ ਹੋਵੇਗਾ ਅਤੇ ਨੰਬਰ 4 ਤੇ ਐਪਲੀਕੇਸ਼ਨ ਨੂੰ ਪ੍ਰਿੰਟ ਕਰ ਲੈਣਾ ਹੋਵੇਗਾ ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਫੋਨ ਤੋਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਕੰਪਲੀਟ ਕਰ ਸਕਦੇ ਹੋ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਇਨਫੋਰਮੇਸ਼ਨ ਜਿਹੜੇ ਬੀਐਸਸੀ ਨਰਸਿੰਗ ਕਰਨੀ ਚਾਹੁੰਦੇ ਆ ਬੱਚੇ ਉਹਨਾਂ ਨੂੰ ਬਹੁਤ ਹੀ ਪਸੰਦ ਆਈ ਹੋਵੇਗੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਾਥ ਸ਼੍ਰੀ ਗੁਰੂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਚ ਧੰਨਵਾਦ